ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪਾਨੂ ਪੰਜਾਬੀ ਗਾਇਕੀ ਜਿਸ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਇੱਕ ਨਵੀਂ ਬੁਲੰਦੀ ਦੇ ਉੱਪਰ ਪਹੁੰਚਾਇਆ ਉੱਥੇ ਹੀ ਕੁਝ ਕੁ ਅਜਿਹੇ ਗਾਇਕ ਵੀ ਨੇ ਜਿਨ੍ਹਾਂ ਨੇ ਆਪਣੀ ਲੱਚਰ ਗਾਇਕੀ ਕਾਰਨ ਇਸ ਦਾ ਬਿਲਕੁਲ ਅਕਸ ਵਿਗਾੜ ਕੇ ਰੱਖ ਦਿੱਤਾ ਜੀ ਹਾਂ ਜਿੱਥੇ ਪੰਜਾਬੀ ਗਾਇਕੀ ਦੇ ਵਿੱਚ ਸੱਭਿਆਚਾਰਕ ਪਿਆਰ ਆਪਣੇ ਵਿਰਸੇ ਦੀ ਸਾਂਝ ਏਕਤਾ ਦਾ ਸਬੂਤ ਮਿਲਦਾ ਸੀ ਉੱਥੇ ਹੀ ਕੁਝ ਕੁ ਗਾਇਕਾਂ ਦੇ ਕਾਰਨ ਹੁਣ ਪੰਜਾਬੀ ਗਾਇਕੀ ਦੇ ਵਿੱਚ ਅਸ਼ਲੀਲ ਸ਼ਬਦ ਅਤੇ ਲੱਚਰ ਸ਼ਬਦ ਹੀ ਮਿਲਦੇ ਨੇ ਸੋ ਇਸੇ ਦਾ ਹੁਣ ਮਾਮਲਾ ਸਾਹਮਣੇ ਤਾਜ਼ਾ ਉਦੋਂ ਆਇਆ ਜਦੋਂ ਹਨੀ ਸਿੰਘ ਦਾ ਨਵਾਂ ਗਾਣਾ ਮੱਖਣ ਆਇਆ ਜਿਸ ਦੇ ਉੱਪਰ ਕਾਫੀ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਜੀ ਹਾਂ ਇਸ ਗਾਣੇ ਨੂੰ ਹਨੀ ਸਿੰਘ ਅਤੇ ਨੇਹਾ ਕੱਕੜ ਨੇ ਗਾਇਆ ਹੈ ਆਪਣੀ ਆਵਾਜ਼ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਮਹਿਲਾ ਕਮਿਸ਼ਨ ਨੇ ਉਹਨਾਂ ਵੱਲੋਂ ਇਸ ਦੇ ਉੱਪਰ ਸਖ਼ਤ ਨੋਟਿਸ ਲਿਆ ਗਿਆ ਜੋ ਸ਼ਬਦਾਵਲੀ ਔਰਤਾਂ ਦੇ ਲਈ ਇਸ ਗਾਣੇ ਦੇ ਵਿੱਚ ਵਰਤੀ ਗਈ ਹੈ ਮਹਿਲਾ ਕਮਿਸ਼ਨ ਨੇ ਉਸ ਦੇ ਉੱਪਰ ਆਪਣਾ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਜੋ ਗਾਣੇ ਦੀ ਵੀਡੀਓ ਹੈ ਉਸਨੂੰ ਵੀ ਉਹਨਾਂ ਨੇ ਬਹੁਤ ਹੀ ਉਸ ਉੱਪਰ ਸਖ਼ਤ ਰੁੱਖ ਅਖਤਿਆਰ ਕੀਤਾ ਹੈ ਸੋ ਮਹਿਲਾ ਕਮਿਸ਼ਨ ਨੇ ਸਰਕਾਰ ਨੂੰ ਇਹ ਕਾਰਵਾਈ ਕਰਨ ਦੇ ਉੱਪਰ ਇਸ ਗਾਣੇ ਉੱਪਰ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਦੀ ਉਹਨਾਂ ਵੱਲੋਂ ਇੱਕ ਚਿੱਠੀ ਸਰਕਾਰ ਨੂੰ ਲਿਖੀ ਗਈ ਹੈ ਉਸਨੇ ਬਹੁਤ ਹੀ ਵਲਗਰ ਲੈਂਗੁਏਜ ਯੂਜ਼ ਕੀ ਹੈ ਜੋ ਇੱਕ ਬਹੁਤ ਹੀ ਵੁਮੈਨਸ ਕੇ ਲਈ ਅਪਮਾਨਜਨਕ ਸ਼ਬਦ ਯੂਜ਼ ਕੀਏ ਗਏ ਹੈ ਸ਼ਰਮਨਾਕ ਹੈ ਉਹ ਬਹੁਤ ਹੀ ਘਟੀਆ ਕਿਸਮ ਕੇ ਸ਼ਬਦ ਇਸਤੇਮਾਲ ਕੀਏ ਗਏ ਹੈ ਤੋ ਹਮ ਯਹੀ ਚਾਹਤੇ ਹੈ ਕਿ ਹਨੀ ਸਿੰਘ ਪੇ ਔਰ ਭੂਸ਼ਣ ਕੁਮਾਰ ਪੇ ਜਿਨ ਲੋਗੋ ਨੇ ਇਹ ਗਾਣੇ ਕੋ ਲਿਖਾ ਹੈ ਜਿਨ੍ਹੋਂ ਨੇ ਸ਼ੂਟ ਕੀਆ ਹੈ ਹਨੀ ਸਿੰਘ ਨੇ ਗਾਇਆ ਹੈ ਕੜਾ ਸੇ ਕੜਾ ਐਕਸ਼ਨ ਸਰਕਾਰ ਲਈ ਸੈਂਸਰ ਬੋਰਡ ਕੋ ਵੀ ਲਿਖਾ ਜਾਏਗਾ ਸੋ ਜਿੱਥੇ ਅਗਰ ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਨਾਮੀ ਗਾਇਕ ਹੋਏ ਨੇ ਜਿਨ੍ਹਾਂ ਵਿੱਚ ਅਗਰ ਗੱਲ ਕਰੀਏ ਹਰਭਜਨ ਮਾਨ ਦੀ ਗੁਰਦਾਸ ਮਾਨ ਦੀ ਵਾਇਰਿਸ ਭਰਾਵਾਂ ਦੀ ਸਤਿੰਦਰ ਸਰਤਾਜ ਦੀ ਅਤੇ ਬਹੁਤ ਸਾਰੇ ਹੋਰ ਵੀ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਸਿਖਰਾਂ ਦੇ ਉੱਪਰ ਪਹੁੰਚਾਇਆ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਇੱਕ ਨਵਾਂ ਮੁਕਾਮ ਹਾਸਿਲ ਕਰਵਾਇਆ ਸੋ ਇਸੇ ਦੇ ਉਲਟ ਕੁਝ ਗਾਇਕਾਂ ਨੇ ਇਸ ਪੰਜਾਬੀ ਗਾਣੇ ਦੇ ਵਿੱਚ ਹਥਿਆਰਾਂ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਔਰਤ ਜਿਸ ਨੂੰ ਗੁਰੂਆਂ ਪੀਰਾਂ ਨੇ ਸਤਿਕਾਰ ਦੇ ਤੌਰ ਦੇ ਉੱਪਰ ਲਿਆ ਅਤੇ ਇਸ ਦੇ ਬਾਬਤ ਗੁਰਬਾਣੀ ਦੇ ਵਿੱਚ ਵੀ ਔਰਤ ਦਾ ਸਤਿਕਾਰ ਕਰਨ ਦੀ ਗੱਲ ਆਖੀ ਗਈ ਹੈ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਜੀ ਹਾਂ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਪਰ ਕੁਝ ਕੁ ਜਿਹੜੇ ਗਾਇਕ ਨੇ ਉਹਨਾਂ ਵੱਲੋਂ ਔਰਤਾਂ ਵਾਸਤੇ ਆਪਣੇ ਗਾਣਿਆਂ ਦੇ ਵਿੱਚ ਪੁਰਜ਼ਾ ਪਟੋਲੇ ਵਰਗੇ ਸ਼ਬਦ ਵਰਤੇ ਜਾਂਦੇ ਨੇ ਸੋ ਇੱਕ ਪਾਸੇ ਔਰਤ ਦੇ ਸਤਿਕਾਰ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਸਰੇ ਪਾਸੇ ਗਾਣਿਆਂ ਦੇ ਵਿੱਚ ਔਰਤ ਵਾਸਤੇ ਭੱਦੀ ਸ਼ਬਦਾਵਲੀ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਪੰਜਾਬੀ ਗਾਇਕੀ ਦਾ ਅਕਸ ਹੈ ਬਿਲਕੁਲ ਹੀ ਇੱਕ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਪਹਿਲਾਂ ਦੇ ਗਾਇਕ ਆਪਣਾ ਬੋਲੀ ਦੇ ਨਾਲ ਪਿਆਰ ਦਿਖਾਉਂਦੇ ਸੀ ਅਤੇ ਹੁਣ ਦੇ ਗਾਇਕ ਮਹਿਜ਼ ਚੰਦ ਵਿਊਜ਼ ਲੈਣ ਵਾਸਤੇ ਜਾਂ ਫਿਰ ਆਪਣੇ ਪੈਸੇ ਦੀ ਕਮਾਈ ਕਰਨ ਵਾਸਤੇ ਵੱਧ ਤੋਂ ਵੱਧ ਪੰਜਾਬੀ ਗਾਇਕੀ ਦਾ ਅਕਸ ਹੀ ਉਹਨਾਂ ਵੱਲੋਂ ਬਦਲ ਕੇ ਰੱਖ ਦਿੱਤਾ ਗਿਆ ਹੈ ਬਹੁਤ ਸਾਰੇ ਅਜਿਹੇ ਮਾਮਲੇ ਸਮੇਂ ਦੇ ਉੱਪਰ ਆਉਂਦੇ ਰਹੇ ਨੇ ਜਦੋਂ ਗਾਣਿਆਂ ਦੇ ਵਿੱਚ ਸ਼ਰੇਆਮ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਥਿਆਰਾਂ ਵਾਲੇ ਗਾਣੇ ਦਿਖਾਏ ਜਾਂਦੇ ਨੇ ਉਸ ਦੇ ਵਿੱਚ ਭੜਕਾਊ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਗਲਤ ਰਾਸਤਾ ਅਤੇ ਗਲਤ ਸੇਧ ਦਿੰਦੀ ਹੈ ਬਾਵਜੂਦ ਇਸ ਦੇ ਜੋ ਸਰਕਾਰ ਗੱਲ ਕਰਦੀ ਹੈ ਇਸ ਦੇ ਉੱਪਰ ਕਾਰਵਾਈ ਕਰਨ ਦੀ ਉਹਨਾਂ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਹੁਣ ਪੰਜਾਬੀ ਗਾਣਿਆਂ ਦੇ ਵਿੱਚ ਹਥਿਆਰ ਵਰਗੇ ਸ਼ਬਦ ਨਹੀਂ ਵਰਤੇ ਜਾਣਗੇ ਅਤੇ ਸੈਂਸਰ ਬੋਰਡ ਉਹਨਾਂ ਦੇ ਉੱਪਰ ਨਕੇਲ ਕੱਸੇਗਾ ਪਰ ਇਸ ਦੇ ਉਲਟ ਅੱਜ ਵੀ ਜਿਹੜੇ ਨੇ ਗਾਣੇ ਇਸ ਤਰ੍ਹਾਂ ਦੇ ਆ ਰਹੇ ਨੇ ਜਿਸ ਵਿੱਚ ਹਥਿਆਰਾਂ ਦੀ ਸ਼ਰੇਆਮ ਵਰਤੋਂ ਹੋ ਰਹੀ ਹੈ ਭੱਦੀ ਸ਼ਬਦਾਵਲੀ ਦੀ ਲੱਚਰਤਾ ਦੀ ਜਿਹੜੀ ਵਰਤੋਂ ਇਹਨਾਂ ਗਾਣਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਇੱਥੇ ਜੋ ਮਹਿਲਾ ਕਮਿਸ਼ਨ ਨੇ ਹਨੀ ਸਿੰਘ ਦੇ ਗਾਣੇ ਦੇ ਉੱਪਰ ਆਪਣਾ ਸਖ਼ਤ ਰੁੱਖ ਅਖਤਿਆਰ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸੈਂਸਰ ਬੋਰਡ ਆਪਣਾ ਕੰਮ ਕਿੱਥੇ ਕਰ ਰਿਹਾ ਸੈਂਸਰ ਬੋਰਡ ਇਸ ਕਰਕੇ ਬਣਾਇਆ ਜਾਂਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਜੋ ਆਪੱਤੀਜਨਕ ਚੀਜ਼ ਹੋਵੇ ਜੋ ਨਹੀਂ ਦਿਖਾਉਣੀ ਚਾਹੀਦੀ ਦਰਸ਼ਕਾਂ ਨੂੰ ਉਸਦੇ ਉੱਪਰ ਸੈਂਸਰ ਬੋਰਡ ਰੋਕ ਲਗਾ ਸਕਦਾ ਹੈ ਪਰ ਕਿਤੇ ਨਾ ਕਿਤੇ ਸਾਡਾ ਸੈਂਸਰ ਬੋਰਡ ਵੀ ਸੁੱਤਾ ਪਿਆ ਹੈ ਦੇਖੋ ਅੱਜ ਤੱਕ ਕੋਈ ਵੀ इनके लिए भी कोई तय सीमा होनी चाहिए इवन इस मामले में मैं यही कहूँगी सेंट्रल गवर्नमेंट सेंसर बोर्ड को भी आगे आना चाहिए कि कहाँ हम एक वुमेन एम्पावरमेंट की बात करते हैं और दूसरी तरफ औरतों के सम्मान की बात अगर की जाए तो एक ऐसे जो गायक आज चलो हनी सिंह बहुत पुराने गायक है आगे भी इनकी बहुत विवाद होते रहे हैं इनके गानों पर तो उसके बावजूद भी एक ये नया गाना लेकर आए हैं और ऐसे शब्दों का यूज कर रहे हैं तो कहीं ना कहीं बैन लगना चाहिए औरत की गरिमा का ध्यान रखना चाहिए सरकार को इस ऐसे मामलों पे कदम उठाने चाहिए ਸੋ ਪੰਜਾਬੀ ਗਾਇਕੀ ਦਾ ਬਦਲਦਾ ਅਕਸ ਵਾਕਿਆ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਪਹਿਲਾਂ ਇਸ ਦੇ ਵਿੱਚ ਮਾਂ ਬੋਲੀ ਦੇ ਨਾਲ ਸਤਿਕਾਰ ਦਿਖਾਇਆ ਜਾਂਦਾ ਸੀ ਜੋ ਗਾਇਕ ਸੀ
ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਦਰਸ਼ਕਾਂ ਦੇ ਰੂਬਰੂ ਕਰਦੇ ਸੀ ਆਪਣੇ ਪੰਜਾਬੀ ਗਾਇਕੀ ਦੇ ਜ਼ਰੀਏ, ਪਰ ਹੁਣ ਇਸ ਦੇ ਉਲਟ ਕੁਝ ਕੁ ਗਾਇਕਾਂ ਨੇ ਇਸ ਦਾ ਅਕਸ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਸੋ ਇੱਕ ਸਵਾਲ ਜਾਂਦੇ ਜਾਂਦੇ ਤੁਹਾਡੇ 'ਤੇ ਛੱਡ ਕੇ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਗਾਣੇ ਆ ਰਹੇ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਇਸ ਦੇ ਨਾਲ ਵਾਕਿਆ ਹੀ ਕੋਈ ਸਹੀ ਸੇਧ ਮਿਲ ਰਹੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੇ ਜੋ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ, ਕਿ ਸਾਡੇ ਪੰਜਾਬੀ ਜੋ ਲੋਕ ਨੇ ਉਹਨਾਂ ਵਾਸਤੇ ਇਹ ਗਾਣੇ ਸਹੀ ਸੇਧ ਦੇ ਸਾਬਿਤ ਹੋ ਰਹੇ ਨੇ। ਸੋ ਇਹ ਸਵਾਲ ਬਹੁਤ ਵੱਡਾ ਇੱਥੇ ਖੜ੍ਹਾ ਹੋ ਰਿਹਾ ਹੈ। ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ, ਉਹ ਬਹੁਤ ਸਾਰੇ ਇਹਨਾਂ ਗਾਣਿਆਂ ਵੱਲ ਜਲਦੀ ਅਟਰੈਕਟ ਹੋ ਜਾਂਦੇ ਨੇ, ਉਹ ਗਾਣੇ ਸੁਣਦੇ ਨੇ ਪੰਜਾਬੀ ਗਾਣੇ, ਪਰ ਅਗਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਾਲੇ ਗਾਣੇ ਉਹਨਾਂ ਨੂੰ ਸੁਣਾਏ ਜਾਣਗੇ ਜਾਂ ਸੁਣਨ ਨੂੰ ਮਿਲਣਗੇ, ਤਾਂ ਫਿਰ ਉਹਨਾਂ ਦਾ ਭਵਿੱਖ ਕੀ ਹੋਏਗਾ, ਇਹ ਤੁਸੀਂ ਅਤੇ ਅਸੀਂ ਉਹਨਾਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ ਇੱਥੇ ਸਾਰਿਆਂ ਦੇ ਉੱਪਰ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਅੱਜ ਦੇ ਗਾਣੇ ਬਣਦਾ ਯੋਗਦਾਨ ਪਾ ਰਹੇ ਨੇ। ਸੋ ਇਸ ਦੇ ਨਾਲ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ, ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।